ਬਾਕੀ ਸਭ ਓਕੇ ਦੀ ਰਿਪੋਰਟ ਆ, ਜ਼ਿਆਦਾ ਕੋਈ ਪ੍ਰੋਬਲਮ ਨਹੀਂ ਗੀ, ਥੱਲੋਂ ਲੀਕ ਕਰਦੀ ਪਈ ਸੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲਓ ਜੀ ਸਵਾਗਤ ਹੈ ਜੀ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਤੇ ਮੌਕੇ ਤੇ ਸੀਨ ਕੁਛ ਇੱਦਾਂ ਕਿ ਵਲੌਗ ਮੈਂ ਵੈਸੇ ਤੇ ਥੋੜ੍ਹਾ ਲੇਟ ਹੀ ਸਟਾਰਟ ਕਰਨ ਦਿਆਂ ਵਾਂ। ਕੱਲ੍ਹ ਵਾਲਾ ਵਲੌਗ ਐਡਿਟ ਕਰਕੇ ਅਪਲੋਡ ਕਰਤਾ, ਇੱਕ ਵੀਡੀਓ ਸੀਗੀ ਉਹ ਵੀ ਐਡਿਟ ਕਰਕੇ ਅਪਲੋਡ ਕਰਤੀ ਹੈ, ਯਾਨੀ ਕਿ ਅੱਜ ਦਾ ਐਡੀਟਿੰਗ ਵਾਲਾ ਕੰਮ ਸਾਰਾ ਲਗਭਗ ਡਨ ਹੋ ਚੁੱਕਿਆ। ਠੀਕ ਹੈ, ਤੇ ਆਹ ਦੇਖ ਲਓ ਇੱਥੇ ਹਾਲਾਤ ਤੁਹਾਡੇ ਸਾਹਮਣੇ, ਜਿੱਥੇ ਸਵੇਰੇ ਛੱਡੇ ਸੀਗੇ ਉੱਥੇ ਹੀ ਕੰਮ ਖੜਿਆ ਹੋਇਆ, ਹਾਲਾਂਕਿ ਵੇਟ ਵੀ ਨਹੀਂ ਚੱਕਿਆ ਗਿਆ ਮੇਰੇ ਤੋਂ। ਦੇਖ ਲਓ ਸ਼ਡਿਊਲ ਇੰਨਾ ਬਿਜ਼ੀ ਹੁੰਦਾ। ਅਤੇ ਵੈਸੇ ਵੀ ਹੁਣ ਹੋ ਸਕਦਾ 3-4 ਦਿਨਾਂ ਤੱਕ, ਕੁਛ ਟਾਈਮ ਲਈ 3-4 ਦਿਨਾਂ ਲਈ ਹੋਈ ਸ਼ਡਿਊਲ ਥੋੜ੍ਹਾ ਜ਼ਿਆਦਾ ਬਿਜ਼ੀ ਹੋ ਜੇ, ਕਿਉਂਕਿ ਉਹ ਦੇਖੋ ਸਾਹਮਣੇ ਵਿਖਣ ਦਿਆ, ਹੁਣ ਵਿਕੂਗਾ, ਫੋਕਸ 'ਚ ਵਿਕੂਗਾ ਨਾ ਹੁਣ, ਹਾਂ ਵਿਕ ਗਿਆ। ਹਾਂ ਬਸ ਇਹਦੇ ਉੱਤੇ ਮੈਂ ਕੁਛ ਨਹੀਂ ਬੋਲਣਾ, ਸਮਝਣ ਵਾਲੇ ਸਮਝ ਜਾਣਗੇ। ਠੀਕ ਹੈ, ਅਤੇ 2-3 ਦਿਨ ਤਾਂ ਨਹੀਂ, ਹਜੇ ਹਫ਼ਤਾ ਇੱਕ ਆਰਾਮ ਨਾਲ ਮੰਨ ਕੇ ਚੱਲੋ, ਬਾਕੀ ਉਹ ਕੋਈ ਚੱਕਰ ਨਹੀਂ ਗਾ, ਉਹਦੇ ਆਪਾਂ ਐਡਜਸਟ ਕਰ ਹੀ ਲੈਣਾ ਸਾਰਾ। ਮੌਕੇ 'ਤੇ ਕੱਲ੍ਹ ਮੈਨੂੰ ਛੋਟਾ ਜਿਹਾ ਬਲੀਦਾਨ ਦੇਣਾ ਪਿਆ, ਉਹ ਮੇਰੇ ਹਿਸਾਬ ਨਾਲ ਸ਼ਾਇਦ ਮੈਂ ਕੱਲ੍ਹ ਵਾਲੇ ਵਲੌਗ 'ਚ ਨਹੀਂ ਦੱਸਿਆ ਤੁਹਾਨੂੰ, ਮੈਂ ਤੁਹਾਨੂੰ ਹੁਣੇ ਦੱਸਦਾ ਵਾਂ ਕੀ ਬਲੀਦਾਨ ਦਿੱਤਾ। ਆਹ ਦੇਖੋ ਆਹ ਬਲੀਦਾਨ ਦਿੱਤਾ ਆਪਾਂ ਕੱਲ੍ਹ, ਪਛਾਣਦੇ ਉਹਨੂੰ ਸਾਰੇ, ਨਹੀਂ ਪਛਾਣਦੇ ਹੁਣ ਪਛਾਣ ਜੋਗੇ। ਆਹ ਦੇਖੋ ਹੁਣ ਤਾਂ ਪਛਾਣਗੇ ਵੀ ਕਹਿੰਦਾ ਬਲੀਦਾਨ ਦਿੱਤਾ ਆਪਾਂ ਕੱਲ੍ਹ। ਅਤੇ ਜ਼ਰੂਰੀ ਸੀਗਾ ਕਿਉਂਕਿ ਜਿਹੜਾ ਮੈਂ ਮੰਗਵਾਇਆ ਹੋਇਆ ਸਕਰੂ ਡਰਾਈਵਰ, ਉਹਨੇ ਵੀ ਇੱਦਾਂ ਹੀ ਵਰਕ ਕਰਨਾ ਸੀਗਾ, ਵੀ ਉਹਦਾ ਯੂਜ਼ ਵੀ ਆਪਾਂ ਇੱਦਾਂ ਹੀ ਕਰਨਾ ਸੀ। ਅਤੇ ਮੈਂ ਕਿਹਾ ਵੀ ਜਦੋਂ ਆਪਣੇ ਕੋਲ ਪਿਆ ਏ, ਇਹ ਜ਼ਿਆਦਾ ਕੋਈ ਕੰਮ ਵੀ ਆਪਣੇ ਆਉਂਦਾ ਨਹੀਂ ਗਾ, ਕਿਉਂਕਿ ਆਹ ਹੈਗਾ ਆਪਣੇ ਕੋਲ, ਠੀਕ ਹੈ ਆਪਣਾ ਸਰਨ ਦਿਆ, ਅਤੇ ਆਹ ਲੋਕਲ ਮਾਰਕੀਟ 'ਚੋਂ ਮਿਲ ਜਾਂਦਾ ਮੇਰੇ ਹਿਸਾਬ ਨਾਲ 90 ਰੁਪਇਆਂ ਦਾ ਮਿਲਿਆ ਸੀ ਪੂਰਾ ਸੈੱਟ। ਉਹ ਦੇਖੋ ਅੱਡੋ ਅੱਡ ਵਿੱਚ ਬਿੱਟ ਆਈਆਂ ਹੋਈਆਂ, ਵੀ 90 ਰੁਪਏ ਦਾ ਸੀਗਾ, ਮੈਂ ਕਿਹਾ ਵੀ ਚਲੋ ਬਲੀਦਾਨ ਦੇ ਦਿੰਦੇ ਹਾਂ ਇਹਦਾ, ਅਤੇ ਇਹਦੇ 'ਤੇ ਕੰਮ ਚੱਲਣ ਦਿਆ। ਹੁਣ ਮੌਕੇ 'ਤੇ ਕਰੋਸ ਦੀ ਤਿਆਰੀ ਹੈ, ਠੀਕ ਹੈ ਇਹਦੇ ਨਾਲ ਬਣੂੰਗਾ ਕਰੋਸ ਆਪਣੇ ਟਰੈਕਟਰ ਦਾ ਕਬੋਟਾ ਦਾ। ਅਤੇ ਇੰਨਾ ਅਸੈਂਬਲ ਹੋ ਚੁੱਕਿਆ, ਸ਼ਾਫਟ ਮੇਨ ਰਹਿੰਦੀ ਹੈ, ਆਹ ਸ਼ਾਫਟ ਹਜੇ ਲੱਗਣੀ ਹੈ ਵੈਸੇ ਇਹਦੇ 'ਚ, ਜਿਹੜੀ 4x4 ਵਾਲੀ ਮੇਨ ਸ਼ਾਫਟ ਹੈ ਜਿਹਦੇ ਨਾਲ ਆਪਾਂ ਇਹਦਾ 4x4 ਵਾਲਾ ਮੋਡ ਔਨ ਆਫ ਕਰ ਸਕਦੇ ਹਾਂ, ਉਹ ਹਜੇ ਲੱਗਣਾ ਉਹਦੇ 'ਤੇ ਕੰਮ ਕਰਨ ਦਿਆਂ ਮੈਂ, ਥੋੜ੍ਹਾ ਮੱਥਾ ਮਾਰਨਾ ਪਊਗਾ ਮੈਨੂੰ, ਉਹ ਕੋਈ ਚੱਕਰ ਨਹੀਂ ਆ, ਦੇਖ ਲੈਂਦੇ ਆਪਾਂ ਜਿਵੇਂ ਵੀ ਸੈਟਿੰਗ ਪਊਗੀ ਕਰ ਲੈਂਦੇ ਹਾਂ। ਅਤੇ ਉਸ ਤੋਂ ਇਲਾਵਾ ਹੋ ਸਕਦਾ ਇਨ ਫਿਊਚਰ ਆਪਾਂ ਨੂੰ ਆਹ ਐਕਸਲ ਦੇ ਵਿੱਚ ਹੋਰ ਚੇਂਜਸ ਕਰਨੇ ਪੈਣ, ਆ ਜਿਹੜਾ ਲੋਹੇ ਵਾਲਾ ਐਕਸਲ ਲੈਣਾ ਹੋ ਸਕਦਾ ਕੱਟਣਾ ਪੈ ਜੇ, ਉਹ ਕਾਹਤੋਂ ਕੱਟਣਾ ਪੈ ਜੇ ਉਹ ਤੁਹਾਨੂੰ ਮੈਂ ਬਾਅਦ 'ਚੋਂ ਦੱਸਾਂਗਾ ਜੇ ਉਹ ਪ੍ਰੋਬਲਮ ਆਈ ਤਾਂ। ਠੀਕ ਹੈ, ਬਾਕੀ ਜੇ ਨਾ ਵੀ ਆਈ ਤਾਂ ਵੀ ਦੱਸ ਦੂੰਗਾ ਹੁਣ ਵਾਲੇ ਟਾਈਮ 'ਚ। ਅੱਗੇ ਅੱਜ ਆਪਾਂ, ਮੈਂ ਕੋਸ਼ਿਸ਼ ਕਰਦਾ ਵਾਂ ਅੱਜ ਦੇ ਵਲੌਗ 'ਚ ਵੀ ਇਹਦੇ ਨਾਲ ਚੱਕਰ ਦੇਖ ਲਈਏ ਆਪਾਂ, ਵੀ ਫਰੰਟ ਵਾਲੇ ਐਕਸਲ ਅਤੇ ਪਿਛਲੇ ਐਕਸਲ ਦੇ ਚੱਕਰਾਂ 'ਚ ਕਿੰਨਾ ਕੁ ਫਰਕ ਹੈ, ਫਿਰ ਉਸ ਹਿਸਾਬ ਨਾਲ ਅਗਲੇ ਐਕਸਲ ਵਾਸਤੇ ਟਾਇਰ ਵੀ ਆਪਾਂ ਨੂੰ ਸਿਲੈਕਟ ਕਰਨੇ ਪੈਣੇ ਆ ਕਿ ਕਿੰਨੇ ਐਮ ਐਮ ਦਾ ਟਾਇਰ ਪਊਗਾ ਇਹਨੂੰ। ਠੀਕ ਆ, ਅਤੇ ਉਸ ਦੇ ਨਾਲ ਅੱਜ ਬਾਹਰ ਵਾਲੇ ਸੈਟਅਪ 'ਚ ਥੋੜ੍ਹਾ ਜਿਹਾ ਕੰਮ ਕਰਦੇ ਹਾਂ, ਆਪਣੇ ਮੋਟਰ ਵਾਲਾ ਕੰਮ ਰਹਿੰਦਾ ਹਜੇ ਬਿਲਕੁਲ ਹੀ ਨਹੀਂ ਹੋਇਆ, ਮੋਟਰ ਦੀ ਫਿਟਿੰਗ ਕਰਨੀ ਹੈ, ਇੱਕ ਤਾਂ ਉਹ ਕੰਮ ਕਰਦੇ ਹਾਂ, ਬਾਕੀ ਹੋਰ ਵੀ ਨਿੱਕੇ ਨਿੱਕੇ ਕੰਮ ਜਿੰਨੇ ਵੀ ਨੇ, ਮਿੱਟੀ ਵਗੈਰਾ ਸੈੱਟ ਕਰਨੀ ਹੈ, ਮੀਂਹ ਤੋਂ ਬਾਅਦ ਕੁਛ ਵੀ ਉੱਥੇ ਕੰਮ ਹੋਇਆ ਨਹੀਂ, ਇੱਕ ਉਹ ਕੰਮ ਕਰਦੇ ਹਾਂ, ਫਿਰ 1-2 ਦਿਨਾਂ ਦੇ ਵਿੱਚ ਨਾ 1 ਦੀ ਵੀਡੀਓ ਸ਼ੂਟ ਵੀ ਕਰਾਂਗੇ। ਅਤੇ ਵੈਸੇ ਤਾਂ ਅੱਜ ਮੇਨ ਸਫਾਈ ਕਰਨੀ ਸੀ ਆਪਾਂ, ਅਤੇ ਕੱਲ੍ਹ ਮੈਂ ਸਹਿਜ ਨੂੰ ਲੈਣ ਗਿਆ ਸੀ, ਸਹਿਜ ਦਾ ਤਾਂ ਟਾਈਮ ਨਹੀਂ ਸੀਗਾ, ਵੈਕਿਊਮ ਕਲੀਨਰ ਮੈਂ ਲੈ ਆਇਆ ਵਾਂ, ਉਹ ਗੱਡੀ 'ਚ ਪਿਆ ਹੋਇਆ ਕੱਢਿਆ ਨਹੀਂ ਅਜੇ, ਅਤੇ ਅੱਜ ਮੈਂ ਸੋਚਿਆ ਸੀਗਾ ਕਿ ਅੱਜ ਟਰੈਕਟਰ 'ਤੇ ਕੰਮ ਕਰਦੇ ਹਾਂ, ਨਾਲੇ ਬਾਅਦ ਸੈਟਅਪ 'ਤੇ ਕੰਮ ਕਰ ਲੈਂਦੇ ਹਾਂ, ਅਤੇ ਦੇਖ ਲਾਂਗੇ ਜੇ ਸਹਿਜ ਠੀਕ ਹੋ ਗਿਆ ਵੀ ਇੱਥੇ ਆਉਣਾ ਹੋਇਆ ਉਹਨੇ ਅਤੇ ਆਜੂਗਾ, ਨਹੀਂ ਤਾਂ ਫਿਰ ਕੱਲ੍ਹ ਵਾਲੇ ਵਲੌਗ 'ਚ ਨਾ ਆਪਾਂ ਸੈਟਅਪ ਦੀ ਕਰਾਂਗੇ ਸਫਾਈ। ਠੀਕ ਹੈ, ਇਹ ਕੰਮ ਫਿਰ ਆਪਾਂ ਕੱਲ੍ਹ 'ਤੇ ਕਰਤਾ, ਅੱਜ ਹੁਣ ਮੈਂ ਦੇਖਦਾ ਜਿੰਨਾ ਵੀ ਕੰਮ ਹੋਊਗਾ ਕਬੋਟਾ 'ਤੇ ਕਰਦਾ, ਅਤੇ ਉਦੋਂ ਬਾਅਦ ਫਿਰ ਸ਼ਾਮ ਨੂੰ ਬਾਹਰ ਵਾਲੇ ਸੈਟਅਪ 'ਚ ਕੰਮ ਕਰਾਂਗੇ। ਠੀਕ ਹੈ, ਮੇਨ ਆਹੀ ਕੰਮ ਹੈ ਅੱਜ ਦਾ। ਲਓ ਵੀ ਮੁੰਡੇ, ਉਹ ਸੀਨ ਇੱਦਾਂ ਹੈ ਕਿ ਕੰਮ ਚੱਲਣ ਦੇ ਆਪਣੇ ਕਬੋਟਾ 'ਤੇ ਜੰਗੀ ਪੱਧਰ 'ਤੇ, ਆਹ ਦੇਖੋ ਇੰਨਾ ਜੁਗਾੜ ਬਣ ਚੁੱਕਿਆ ਮੌਕੇ 'ਤੇ, ਇੱਥੋਂ ਤੱਕ ਤਾਂ ਬਿਲਕੁਲ ਸਹੀ ਲੱਗਣ ਦਿਆ ਮੈਨੂੰ, ਬਾਕੀ ਹਜੇ ਤੱਕ ਇਹ ਵਰਕਿੰਗ 'ਚ ਨਹੀਂ ਹੋਇਆ, ਯਾਨੀ ਕਿ ਪ੍ਰੋਪਰ ਕਰੋਸ ਵਗੈਰਾ ਸੈੱਟ ਨਹੀਂ ਹੋਇਆ, ਕਿਉਂਕਿ ਐਮ ਸੀ ਐਲ ਲਾਉਣੀ ਹੈ, ਉਹ ਥੋੜ੍ਹਾ ਚਿਰ ਰੁਕ ਕੇ ਕਰਦੇ ਹਾਂ ਆਪਾਂ ਕੰਮ। ਅਤੇ ਮੈਂ ਸੋਚਣ ਦਿਆ ਸੀ ਕਿ ਥੋੜ੍ਹਾ ਜਿਹਾ ਕੰਮ ਬਾਹਰ ਵਾਲੇ ਸੈਟਅਪ 'ਤੇ ਵੀ ਕਰ ਲਈਏ, ਦੇਖ ਲਈਏ ਕੀ ਸੀਨ ਹੈ। ਅਤੇ ਇੱਥੋਂ ਸਮਾਨ ਲੈ ਕੇ ਜਾਣਾ ਥੋੜ੍ਹਾ ਜਿਹਾ ਬਾਹਰ, ਇੱਕ ਤਾਂ ਮੋਟਰ ਬਣਾਉਂਦੇ ਹਾਂ ਆਪਾਂ, ਉਹਦੇ ਵਾਸਤੇ ਆਪਾਂ ਨੂੰ ਚਾਹੀਦੀਆਂ ਪੈਪਾਂ ਚਾਹੀਦੀਆਂ, ਮਤਲਬ ਇੱਕ ਹੀ ਪੈਪ ਚਾਹੀਦੀ ਹੈ, ਪਰ ਉਹ ਮੈਨੂੰ ਪਤਾ ਨਹੀਂ ਵੀ ਮੈਂ ਰੱਖ ਕਿੱਥੇ ਦਿੱਤੀ, ਉੱਦਾਂ ਸਫਾਈ ਕਰਦੇ ਕਰਦੇ ਮੇ ਵੀ ਸ਼ਾਇਦ ਉੱਤੇ ਇੱਥੇ ਹੋ ਗਈ। ਚਲੋ ਮੈਂ ਲੱਭਦਾ ਵਾਂ ਸਮਾਨ, ਲੱਭ ਕੇ ਅਤੇ ਫਿਰ ਚੱਲਦੇ ਹਾਂ ਆਪਾਂ ਬਾਹਰ। ਚਲੋ ਵੀ ਮੁੰਡਿਓ, ਆਹ ਦੇਖੋ ਆਹ ਜੀ ਆਪਣਾ ਸੈਟਅਪ, ਅਤੇ ਜਮਾਂ ਓਕੇ ਦੀ ਰਿਪੋਰਟ ਆ ਫਿਲਹਾਲ। ਹੁਣ ਸਮਾਨ ਮੈਂ ਲੈ ਆਇਆ ਸਾਰਾ, ਸਾਰਾ ਤਾਂ ਨਹੀਂ ਆਇਆ, ਆਹ ਕਨੈਕਸ਼ਨ ਰਹਿੰਦਾ ਹਜੇ, ਆਹ ਡਿੱਗੀ ਨਾਲ ਇਹਨੂੰ ਜਿਹੜਾ ਕਨੈਕਸ਼ਨ ਦੇਣਾ ਨਾ, ਮਿੱਟੀ ਦੇਖੋ ਕਿੰਨੀ ਜਮ੍ਹਾਂ ਹੋ ਗਈ ਇਹਦੇ ਵਿੱਚ। ਚਲੋ ਕੋਈ ਨਹੀਂ,
वह कट लाँगे आप। फिलहाल हूँ पहला तो मोटर वाला करिए बंदोबस्त। वैसे इन्हें कोई ज़्यादा टाइम लगना नहीं, बड़ा लम्मा चौड़ा काम नहीं है। पैप इतों गर्म करके ना घुमा के इनू तो बिल्कुल इतने छड़ना है, ठीक है। पानी तक ही डिग्गी चाहता रहे, बाकी सब ओके की रिपोर्ट है। छेती छेती मैं सैट कर दाँ, फिर इतों वाली खाली वो भी बना के नाल एक रील शूट करा डिग्गी चलती थी, ठीक है। पिछे कोई एक अद्धा ट्रैक्टर खिलार लाँगे, सोहना लगू वेखन च। वैसे तो खिलारा कर पाया होया भाजे, समान बहुत है चक्कर वाला, हजे तो मिट्टी का भी वेखना पैना है। चलो देखते हैं कुछ ना कुछ करते हैं, मौके से पहला काम करते हैं। आप लो भी मुड़े मोटर गई जे लग, तो इधर डिग्गी का भी हो गया सिस्टम सारा सैट। तो हूँ आप मोटर चलाइए डिग्गी भरीए, बस ज़्यादा पानी नहीं छड़ना क्योंकि आप रील भी बनानी है। तो जो हूँ ज़्यादा पानी छड़ता बाद चो आ जी खाली है थलड़ी ये ओवरफ्लो हो जूगी, टुटी तो नहीं कितों, मौके से तो कितों नहीं टुटी। देखते हैं इनकी भी सारी सैटिंग करनी है क्योंकि जो मोटर चलानी अपन इधर भी पानी छड़ना पऊ करूगा। देखो इतों ऑन किया उधर पानी जान दिया, तो इतों फिर आ वाल ऑन करा हो जा ऑन। आहो ठीक है लो भी उतरी लीकेज की समस्या आ रही है भाई, लीकेज की समस्या हो गई ठीक, लगभग हो गई थोड़ी जी हैगी अजे भी। ठीक है हूँ ओके, हूँ लॉक सही लगा नहीं सी उदों। लो भी पानी का फ्लो भी सही है, गुड है। बंद करो बंद करो बंद करो। खाली जी तो भर भी चली है, तो आप कई बार रील च भी दो तीन रीटेक लै लें, बस उन्हें चर चर खाली उन्जी फुल हो जानी। चलो मैं ट्रैक्टर लैके आना कोई भी दो खिलार के, बस एक रील बनानी है, ठीक है। ट्रैक्टर मैं ऑलरेडी कट के रखे हुए ने, नाट 11 तो हिंदुस्तान दोवें अपने ट्रैक्टर ने पुराने पुराने मॉडल, तो इन्होंने कर दें एक रील शूट, फिर आके कंटिन्यू काम करा अपने कबोटा से, ठीक है। लो भी मुंडियो रील करती आप शूट, पर इत्थे लीकेज की समस्या आ रही है, जिदा कि तुम देख ही सकते हो लीकेज की समस्या का सामना करना पै रहा अपन। उनके रीज़न दो तीन ने, वैसे तो एक रीज़न तो आप इत्थे बहुत पंगे ले ने, आ थां तो टुटी हुई है खाली, ठीक है। तो दूजा रीज़न सीगा आ जिहड़ा आप हुण बनाया ना जगाड़े थलो लीक कर गया सीगा, इहदा तो चलो हल हैगा कोई चक्कर नहीं गा, तो इंदा भी हल हैगा इन्हों ना इतों बंद कर देंगे आप पक्का ही। बाकी सब ओके दी रिपोर्ट है, ज़्यादा कोई प्रॉब्लम नहीं गी, थलों लीक करती पई सी वह भी सॉल्व करती मैं पक्की, ठीक है। बाकी सब ओके हो गया, तो बाकी चलो अगे देखते हैं हूँ छेती हुई ना शूट करते हैं कद्दू के भी आप, ठीक है। 855 नहीं वाड़ना आप कद्दू च, तो दूजे कोई भी ट्रैक्टर होगा उन्होंने आप वाड़ देंगे, ठीक है। 855 का हजे नवा नवा बनया ना, हजे नहीं उन्होंने कद्दू च लबेड़ना आप, ठीक है। तो वह ट्रैक्टर सिर्फ हैल्प करेगा ट्रैक्टर कड़न च, ठीक है। दूजा जोड़ा बच्चे फसया होगा, तो करते हूँ छेती शूट करदा मैं, काफ़ी दिन हो गए ने शूट नहीं किया। आ भी मिट्टी करके बरीक सारी, तो इतने खिलार के इतने भी करते हैं शूटिंग, ठीक है। फिलहाल हूँ मैं लै चलना ट्रैक्टर ट्रूटर अंदर, तो अंदर मैं कबोटा तो काम करना अज। लो भी मित्रों करो चैक, तुम एकदम से वक्त बदल गए जज्बात बदल गए, ट्रैक्टर हॉलैंड भी खिला रहा पे जे इतने। इन्हें वैसे कोई दिक्कत नहीं गी, ये तुम मैं पहले ही दस दा, दिक्कत इन्हें आन दी है, पता नहीं की होया इनकी जी ESC है ना आ जी इलैक्ट्रॉनिक स्पीड कंट्रोलर, इन्हें कोई दिक्कत आई है, इना पावर नहीं दे रही बिल्कुल ही। तो हूँ मैं देखता वा चेंज करके बैटरी, वैसे तो मैं ESC पहला मैं ये लगा सीगा कि ना इन्हें दिक्कत आ गई है, फिर रिसीवर गया, तो फिर मैं आ रिसीवर कढ के न्यू हॉलैंड का रिसीवर उन्दे चो इन्दे चलाया, चला के वेख्या बिल्कुल ओके सी, आ रिसीवर उन्दे चला के देखा रिसीवर बिल्कुल ओके सी, सब वधिया वर्क करता पाया सी। आ जिहड़ी ESC है इन्दे विच भी जिवें पावर शो हुंदी है जो आप ऑन करते हैं ना, तो इन्दे च लाइट जगदी है, तो इस करके मैं समझ नहीं आ रही कि प्रॉब्लम आ कित्थे रही है। लो हुण सॉल्व भी होगी जे, लो
सोहना वड्डा एग्जाम्पल है। कई बार इदा का सीन हो जाता कि निक्किया निक्किया चीज़ा आप इग्नोर कर देने तो एडे एडे ट्रैक्टर खोल के बह जाने। हूँ सिर्फ एक बैटरी चेंज करने तो एक बैटरी नहीं मैं चेंज की तो मैं इन्ना खलारा पाना पै गया। लाइव ब्लॉग के तुम दिख नहीं दिया कि होया आ बैटरी लाई है तो आज पहले लत्थी हुई सी आ बैटरी नवी जी है होलैंड सी इन्द लाई नाल दी नाल सारा कुछ सही चलन लग पाया। तो आए सर्वो कंट्रोलर तो एक बहुत सिरा चीज़ है ठीक है। इन्हें मैं पहला नहीं दिमाग च आइडिया आया होलैंड चो मैं रिसीवर पहला कढ़ लिया उदो बाद फिर जाके याद आया कि अपने को भी पिया है। इन्दे नाल पता लग जाता है कि ई एस सी च कोई दिक्कत है रिसीवर च कोई दिक्कत है भी किंदे च की दिक्कत है ठीक है। तो इन्दे नाल आपां कंट्रोल भी कर सकते हैं सर्वो। तो मुख्य गल इत्थे आ रिजल्ट पॉजिटिव है बिल्कुल ओके दी रिपोर्ट है आ सही घूमण दिया सारा कुछ चक्कर मैं हुणे देख देना मिला के। तो रिसीवर नूं भी कुछ नहीं होया रिसीवर अपना ठीक है। मैं तो ई एस सी बदलन की तैयारी सा आ देखो नवी ई एस सी कढ लई सी मैं कहिंदे कनैक्टर वगैरह चेंज कर दा मैनूं लगा सी वी गई ई एस सी पर बचा हो गया चलो अपना खर्चा बच गया। लो भी मित्रों लेटेस्ट अपडेट अपने कबोटा की फिटिंग सारी हो चुकी है तो गेयरबॉक्स सारा लाता मैं तो आ देख लो दोवां ते टेप लाती आर पी एम चैक करने वास्ते ठीक है। आ देखो तो आ देखो ट्रैक्टर बिल्कुल सही चलाने वास्ते ना आपां नूं आर पी एम इदां दी चाहीदी है कि आ जिहड़ा टायर है पिछला जिहड़ा एक्सल है इनकी आर पी एम घट हो अगले की ज़्यादा हो फ्रंट वाला जिहड़ा एक्सल है ना उनकी आर पी एम पहला भी ज़्यादा सी तो हूँ आप देखना है कि वह नॉर्मल होवे बाली ज़्यादा ना हो ठीक है। तो आ देख लो ताड़े सामने आ टेप आ भी उत्ते आ टेप का मूँह इंदा भी उत्ते ठीक है। तो आप करते हैं स्टार्ट 1 2 3 हाँ देख लो ताड़े सामने आर पी एम का की बनया जे पिछली दी आर पी एम तेज़ हो गई है अगले दी आर पी एम स्लो हो गई है जिहड़ी कि आपां चाहीदी सी भी पिछले दी आर पी एम थोड़ी जी स्लो होवे अगले दी तेज़ होवे ताकि अगे आपां टायर छोटे पा सकीए उहदे जिन्ने छोटे तां नहीं जिन्ने पहलां पाए हुए सी पर इस तों थोड़े जे वड्डे टायर होण जे दोवां दी आर पी एम सेम ही हुंदी ना ते तां वी चल जाणा सीगा पर इत्थे गड़बड़ हो गई है जिहड़ी अगली आर पी एम स्लो हो गई है ते पिछली आर पी एम जिहड़ी उह तेज़ हो गई है इह समस्या आ गई है। हुण इदां ते हो नहीं सकदा कि आ टायर मैं इहनूं पा दां पिछली साइड ते अगली साइड आ टायर पा दां हाँ जी तो होर ही अजीब जी चीज़ बन जूगी तो इन्हें तो अपन फिर मत्था मारना पैना। वैसे इस चीज़ का मैं पता सीगा कि चीज़ होगी जरूर पर अपने कोल होर कोई ऑप्शन नहीं सी एक बार असैम्बल तो अपन करना ही पैना सी आर पी एम चैक करने वास्ते। तो हूँ एक निक्का जिहा आइडिया आया दिमाग च आ जिहड़ा गेयर है ना ये मैं लगता है कि वधिया वर्क कर सकता है ठीक है क्योंकि इस तो पहला इन जिहड़ा गेयर लगा हुआ वो आ है तो तुसीं दोवां दे दंदे वेख लो इन्दे दंदे घट ने इन्दे दंदे ज़्यादा ने ठीक है। तो घट दंदे वाला आर पी एम घटा है टॉर्क वधा जिन्हें दंदे ज़्यादा होंगे ने स्पीड वधा देंदा आर पी एम वधा देंदा टॉर्क थोड़ा जिहा घटा देंदा ठीक है। तो मैं उम्मीद है कि आ गेयर पाने नाल इन्ना कु फर्क पै जूगा कि आप ज़्यादा नहीं तो दोवां नूं सेम टायर पा सकी अगले पिछले सेम बिल्कुल ठीक है। बाकी चलो देखते हैं इन्दे ते मत्था हुण मारना पैना होर इनू बेच क्यों रख दिया वा इनू तो यूज़ करना है मैं देखता हूँ ही ना चेंज कर देना क्योंकि एम सील हजे पूरी सुकी नहीं गी चंगी तरह तो हूने ला के तो रात में रख देंगे सवेरे फिर एम सील बिल्कुल ओके सुक जूगी। बाकी ये हजे देखना पैना सच इनू लाने तो बाद भी आर पी एम का किन्ना कु फर्क पैंदा जे कोई ज़्यादा खास फर्क ना पिया तो फिर कुछ होर सोचना पैना इन बारे। तो लो भी मुंडे सीन कुछ इदा है कि ब्लॉग मैं एंड कर लगा नैक्सट डे सवेर का टाइम है जिम तो आ गया मैं तो रात वैसे तो कम करना सी इन्दे आप पर रात होया नहीं तो मैं क्या चलो ब्लॉग भी ना फिर सवेरे एंड करा रात एक दो एक्सपेरीमेंट किए मैं इन उत्ते ठीक है गेयर लभ के तो चेंज करने की कोशिश की कि भी किसी तरीके इनकी स्पीड घटा सकता क्योंकि स्पीड इनकी बहुत ज़्यादा ही मैं विखाती ही तुम्हें तो हूँ मौके पर जोड़ा इनका सल्यूशन होया वो इदा है कि सारा कुछ करके घूम फिर के फिर गड्डी इन्हों टायर ती आ अड़ गई है ठीक है। आ जी गरारी चेंज करने जी पहला गरारी लगी सी आ जी उन्हें तो जो आ गरारी चेंज की ना तो चक्कर जड़े ने वो मैच हो गए इन्हों पिछले टायर तो अगले टायर छोटे जड़े आ साइज़ के भी इन्हों मैच होंगे वेखते पैने मैनु तो हूँ फिर वही समस्या रह गई। तो समस्या तो नहीं आप इन कहें क्योंकि इस तो पहला इन्होंने टायर की स्पीड बहुत ज़्यादा सी तो हूँ मेरे हिसाब न जितों तक मेरी कैलकुलेशन है हूँ इन्हों के आर पी एम वधिया मैच कर जाएंगे क्योंकि आ जड़ा है ना इन 1.5 आर पी एम ज़्यादा है
ਵੀ ਜਿੱਥੇ ਆ ਪੂਰਾ ਇੱਕ ਗੇੜਾ ਦਿੰਦਾ ਆ ਜਿਹੜੇ ਅਗਲੇ ਟਾਇਰ ਨੇ ਇਹ ਡੇਢ ਗੇੜਾ ਦੇ ਦਿੰਦੇ ਉਨੇ ਚਿਰ 'ਚ ਆਪਣੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਇੱਦਾਂ ਦੀ ਗਰਾਰੀ ਹੈ ਨਹੀਂ ਗੀ ਕਿ ਆਪਾਂ ਥੋੜ੍ਹੀ ਜਿਹੀ ਸਪੀਡ ਵਧਾ ਸਕੀਏ ਕਿਉਂਕਿ ਹੁਣ ਇਸ ਤੋਂ ਬਾਅਦ ਆਪਾਂ ਨੂੰ ਜ਼ਿਆਦਾ ਸਪੀਡ ਵਧਾਉਣ ਦੀ ਜ਼ਰੂਰਤ ਨਹੀਂ ਗੀ ਇਹਦੋਂ ਥੋੜ੍ਹੇ ਜਿਹੇ ਵੱਡੇ ਟਾਇਰ ਪਾਉਣੇ ਆਪਾਂ ਇਸ ਕਰਕੇ ਜਮਾਂ ਥੋੜ੍ਹੀ ਜਿਹੀ ਸਪੀਡ ਵਧਾਉਣੀ ਹੈ ਅਤੇ ਇੱਦਾਂ ਦਾ ਕੋਈ ਵੀ ਗੇਅਰ ਹੈ ਨਹੀਂ ਮੌਕੇ 'ਤੇ ਮੇਰੇ ਕੋਲ ਕਿ ਮੈਂ ਇਹਦੀ ਥੋੜ੍ਹੀ ਸਪੀਡ ਵਧਾ ਸਕਾਂ ਅਤੇ ਹੁਣ ਫਿਰ ਉਹੀ ਦਿੱਕਤ ਆਉਣ ਦੀ ਹੈ ਮੇਨ ਗੇਅਰ ਵਾਲੀ ਜੇ ਗੇਅਰ ਹੁੰਦਾ ਫਿਰ ਆਪਾਂ ਥੋੜ੍ਹੀ ਸਪੀਡ ਹੋਰ ਵਧਾ ਲੈਣੀ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਇਹਦੋਂ ਜ਼ਿਆਦਾ ਸਪੀਡ ਇਹਦੀ ਵਧਣੀ ਹੈ ਹਾਂ ਇਹ ਅਪਗ੍ਰੇਡ ਹੋ ਗਿਆ ਕਿ ਇੱਕ ਤਾਂ ਆਰ ਪੀ ਐੱਮ ਮੈਚ ਕਰ ਗਏ ਨੇ ਦੋਵਾਂ ਦੇ ਇਹਦੇ ਵਿੱਚ ਸਿਸਟਮ ਲੱਗ ਗਿਆ ਫੋਰ ਵੀਲ ਔਨ ਆਫ ਕਰਨ ਦਾ ਠੀਕ ਹੈ ਇੰਨਾ ਕੁ ਅਪਗ੍ਰੇਡ ਹੋ ਗਿਆ ਆਪਣੇ ਕਬੋਟਾ 'ਚ ਅਤੇ ਹੁਣ ਮੈਂ ਸੋਚਣ ਦਿਆ ਵਾਂ ਕਿ ਇੱਦਾਂ ਹੀ ਇਹਨੂੰ ਅਸੈਂਬਲ ਕਰ ਦੇਣਾ ਵਾਂ ਬਾਕੀ ਦੇਖਦਾ ਵਾਂ ਜੇ ਤਾਂ ਮੈਂ ਆਪਦੀ ਪੂਰੀ ਕੋਸ਼ਿਸ਼ ਕਰਾਂਗਾ ਜੇ ਤਾਂ ਟਾਇਰ ਵੱਡੇ ਪੈਂਦੇ ਹੋਏ ਤਾਂ ਜ਼ਰੂਰ ਪਾਵਾਂਗਾ ਅਤੇ ਜੇ ਨਾ ਪਏ ਟਾਇਰ ਫਿਰ ਆਪਾਂ ਕੁਛ ਨਹੀਂ ਕਰ ਸਕਦੇ ਕਿਉਂਕਿ ਇਹਦੋਂ ਜ਼ਿਆਦਾ ਆਪਾਂ ਖਲਾਰਾ ਵੀ ਨਹੀਂ ਪਾ ਸਕਦੇ ਟਰੇਟਰ 'ਚ ਅਤੇ ਵੈਸੇ ਵੀ ਹੋਰ ਵੀ ਕਾਫੀ ਕੰਮ ਨੇ ਹਜੇ ਪੈਂਡਿੰਗ ਅਤੇ ਮੈਂ ਨਹੀਂ ਚਾਹੁੰਦਾ ਕਿ ਇਸੇ ਟਰੇਟਰ 'ਤੇ ਆਪਾਂ ਜ਼ਿਆਦਾ ਟਾਈਮ ਲਾਈਏ ਅਤੇ ਚਲੋ ਦੇਖਦੇ ਹਾਂ ਫਿਰ ਕੀ ਬਣਦਾ ਆਹ ਵਲੋਗ ਫਿਲਹਾਲ ਮੈਂ ਕਰਦਾ ਇੱਥੇ ਐਂਡ ਨੈਕਸਟ ਵਲੋਗ ਦੇ ਵਿੱਚ ਆਪਾਂ ਆਰ ਪਾਰ ਦਾ ਕੰਮ ਕਰ ਦਾਂਗੇ ਵੀ ਜੇ ਤਾਂ ਆਹ ਹੀ ਟਾਇਰ ਰੱਖਣੇ ਹੋਏ ਆਰ ਪੀ ਐੱਮ ਸਾਰੀ ਮੈਚ ਕਰ ਗਈ ਵਧੀਆ ਅਤੇ ਸਭ ਨਾਲੋਂ ਚੰਗੀ ਗੱਲ ਹੈ ਅਤੇ ਜੇ ਅੜ ਗਈ ਗਰਾਰੀ ਕਿ ਨਹੀਂ ਟਾਇਰ ਵੱਡੇ ਕਰਨੇ ਹੀ ਕਰਨੇ ਆ ਫਿਰ ਸਾਰਾ ਟਰੈਕਟਰ ਦੁਬਾਰੇ ਖੋਲਾਂਗਾ ਅਤੇ ਗੇਅਰਾਂ ਦੀ ਹੋਰ ਸੈਟਿੰਗ ਕਰਨੀ ਪੈਣੀ ਫਿਰ ਮੈਨੂੰ ਅਤੇ ਉਹ ਦੇਖਦੇ ਹਾਂ ਚਲੋ ਜਿਵੇਂ ਵੀ ਮੌਕੇ 'ਤੇ ਜੋ ਵੀ ਪਲਾਨ ਬਣੂਗਾ ਤੁਹਾਨੂੰ ਨੈਕਸਟ ਵਲੋਗ 'ਚ ਪਤਾ ਲੱਗ ਜੂਗਾ ਠੀਕ ਹੈ ਅਤੇ ਆਹ ਇੱਥੋਂ ਤੱਕ ਹੀ ਹੈ ਓਕੇ ਬਾਏ ਟਾਟਾ।